ਅਟਾਰੀ ਸਟੇਸ਼ਨ ਅੰਮ੍ਰਿਤਸਰ ਸਾਹਿਬ ਅਤੇ ਭਾਰਤ ਦਾ ਅਖੀਰਲਾ ਸਟੇਸ਼ਨ ਆ ਅਟਾਰੀ। ਅਤੇ ਇੱਥੋਂ ਲਾਹੌਰ ਜਿਹੜਾ ਹੈਗਾ ਸਿਰਫ 24 ਕਿਲੋਮੀਟਰ ਹੈ। ਸਾਹਮਣੇ ਤੁਸੀਂ ਵੇਖ ਸਕਦੇ ਹੋ ਲਾਹੌਰ ਵੱਲ ਜਾਂਦੀ ਹੈ ਲਾਈਨ। ਸੋ ਮੇਰੇ ਇਸ ਸਾਈਡ ਹੈਗਾ ਸ੍ਰੀ ਅੰਮ੍ਰਿਤਸਰ ਸਾਹਿਬ, ਇਹਨੂੰ ਅਟਾਰੀ ਬਾਰਡਰ ਦਾ ਸਟੇਸ਼ਨ ਹੈ, ਅਖੀਰਲਾ ਸਟੇਸ਼ਨ ਹੈ ਭਾਰਤ ਦਾ। ਇੱਧਰ ਸਾਹਮਣੇ ਬਿਲਕੁਲ ਲਾਹੌਰ ਹੈ, ਸਿਰਫ ਲਾਹੌਰ ਸਿਰਫ 24 ਕਿਲੋਮੀਟਰ ਹੈ, ਸਿਰਫ 24 ਕਿਲੋਮੀਟਰ ਲਾਹੌਰ ਹੈ ਇੱਥੋਂ। ਸੋ ਜਿਹੜੀ ਇਹ ਜਾਲੀ ਲੱਗੀ ਹੋਈ ਹੈ ਉਹ ਉੱਧਰਲੀ ਸਾਈਡ, ਜਿਹੜੀ ਸਮਝੌਤਾ ਐਕਸਪ੍ਰੈਸ ਰੇਲ ਸ਼ੁਰੂ ਹੋਈ ਸੀ ਨਾ, ਉਹ ਉਸ ਪਾਸੇ ਦੀ ਕੀ ਕਹਿੰਦੇ ਆ ਚੱਲਦੀ ਸੀ। ਅਤੇ ਉਹ ਸਪੈਸ਼ਲ ਉਹਨਾਂ ਦੇ ਪਾਸਪੋਰਟ ਯਾਤਰੀਆਂ ਦੇ ਵਗੈਰਾ ਬਣਾ ਕੇ ਸਪੈਸ਼ਲ ਉਹਨਾਂ ਨੂੰ ਉੱਧਰ ਇਸ ਕਰਕੇ ਜਾਲੀ ਲਈ ਹੈ ਇਹ। ਸੋ ਉੱਧਰ ਦੀ ਉਹ ਸਿੱਧੀ ਰੇਲ ਜਾਂਦੀ ਹੁੰਦੀ ਸੀ ਪਾਕਿਸਤਾਨ, ਲੇਕਿਨ ਉਹ ਵੀ ਹੁਣ ਬੰਦ ਹੋ ਚੁੱਕੀ ਹੈ। 2019 'ਚ ਬੰਦ ਹੋ ਗਈ ਜਦੋਂ ਪੁਲਵਾਮਾ ਅਟੈਕ ਹੋਇਆ। ਸੋ ਕਾਫੀ ਇਹ ਦੇਖ ਸਕਦੇ ਤੁਸੀਂ ਇੱਥੋਂ ਜਿਹੜੇ ਹੈਗੇ ਆ ਆਪਣੇ ਟਰੈਕ ਜਿਹੜੇ ਬਦਲੇ ਜਾਂਦੇ ਆ, ਕੇਂਦਰੀ ਕੈਬਨ ਜਿਹੜੇ ਰੂਟ ਚੇਂਜ ਕਰਨਾ ਹੋਵੇ ਟ੍ਰੇਨ ਦਾ, ਇਹ ਇਹਦੇ ਵਿੱਚੋਂ ਹੁੰਦਾ। ਇਹ ਬਿਲਡਿੰਗ ਬਣੀ ਹੋਈ ਹੈ ਰੂਟ ਚੇਂਜ ਕਰਨ ਵਾਲੀ। 1865 ਦਾ ਸਟੇਸ਼ਨ ਹੈ ਇਹ ਅਟਾਰੀ, 1865 ਦੇ ਵਿੱਚ ਬਣੀ ਹੋਈ ਆਹ ਬਿਲਡਿੰਗ, 1865 ਦੀ ਬਿਲਡਿੰਗ ਹੈ ਦਰਸ਼ਕੋ ਇਹ ਅਟਾਰੀ ਸਟੇਸ਼ਨ, ਭਾਰਤ ਦਾ ਅਖੀਰਲਾ ਸਟੇਸ਼ਨ ਹੈ। ਇਹ ਕਿੰਨੇ ਦੀ ਆ ਕੈਬ ਫੌਜੀ ਵਾਲੀ? ਸਹੀ ਸਹੀ ਲਾ, ਜੈ ਜੈ ਲਓ, ਇੱਕ ਫਲੈਗ ਦੇ ਦੇ, ਦੋਨਾਂ ਦਾ 100 ਲੈ ਲਓਗੇ ਹੈ ਨਾ, ਅਤੇ ਹੋਰ ਬਚਣਾ ਕਿਉਂ ਨਹੀਂ, ਇੱਕ ਫਲੈਗ ਦੇ ਦੇ। ਹਾਂ ਲੈ ਬਲੂ ਰੱਖ, ਫੌਜੀ ਵਾਲੀ ਕੈਬ ਤਾਂ ਲਵਾਂਗੇ ਬਾਅਦ 'ਚ, ਫਲੈਗ ਵੀ ਰੱਖ ਲਾ, ਠੀਕ ਹੈ। ਹੋਰ ਬਸ ਇਹੀ ਆ ਨਾ, ਇਸ ਤੋਂ ਅੱਗੇ ਤਾਂ ਬਿਲਡਿੰਗ। ਅਤੇ ਰੇਲ ਕੀ ਕਹਿੰਦੇ ਆ, ਰੇਲ ਗੱਡੀ ਤਾਂ ਸੁਬਹਾ ਸ਼ਾਮ ਆਉਂਦੀ ਹੈ ਨਾ, ਅੰਮ੍ਰਿਤਸਰ ਤੋਂ ਕਿੰਨੇ ਵਜੇ ਚੱਲਦੀ ਹੈ ਪਤਾ ਕੁਛ? 8:15 ਅੰਮ੍ਰਿਤਸਰ ਸਰ 7:30 ਚੱਲਦੀ ਸੁਬਹਾ, ਅਤੇ ਸ਼ਾਮੀ ਅਤੇ ਵਾਪਸ ਹੋ ਜਾਂਦੇ ਫਿਰ 5 ਮਿੰਟ ਖੜਦੇ ਬਸ ਸਫ਼ਰ ਦਾ। ਬਸ ਕਰਦੇ ਹੋਣਗੇ ਨਾ ਲੋਕ, ਕਿ ਨਹੀਂ ਜਿਹੜੇ ਦੂਰੋਂ ਆਉਂਦੇ ਉਹ ਦੇਖਣ ਦੇ ਬਸ ਦੇਖਣ ਵਾਲੀ ਆ ਨਾ। ਓਕੇ 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 ਇਹ ਸੀਗਾ ਜੀ ਅਟਾਰੀ ਦਾ ਰੇਲਵੇ ਸਟੇਸ਼ਨ। ਲਾਹੌਰ ਜਿਹੜਾ ਹੈਗਾ ਇੱਥੋਂ ਸਿਰਫ 24 ਕਿਲੋਮੀਟਰ ਆ। ਸੋ ਤੁਸੀਂ ਦੇਖਿਆ ਅਟਾਰੀ ਦਾ ਭਾਰਤ ਦਾ ਅਖੀਰਲਾ ਰੇਲਵੇ ਸਟੇਸ਼ਨ। ਸੋ ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ, ਅਤੇ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਵਿੱਚ।